ਤੁਸੀਂ ਟਰੈਕਟਰਾਂ ਦੇ ਸਟੰਟ ਤਾਂ ਦੇਖਦੇ ਹੋਗੇ, ਵੱਡੇ ਵੱਡੇ ਕਲਾਕਾਰਾਂ ਦੇ ਗਾਣਿਆਂ ਦੇ ਵਿੱਚ ਟਰੈਕਟਰਾਂ ਦੇ ਸਟੰਟ ਤਾਂ ਦੇਖਦੇ ਹੋਗੇ, ਪਰ ਉਹ ਕੌਣ ਕਰਦਾ? ਹਰ ਇੱਕ ਨੂੰ ਤਸਵੀਰ ਦੇ ਵਿੱਚ ਲੱਗਦਾ ਕਿ ਇਹ ਚੰਗਾ ਕਮਾਉਂਦਾ ਹੋਵੇਗਾ। ਪੇਂਡੂ ਟਰੈਕਟਰ ਮਹਿਕਮਾ 1 ਲੱਖ ਸਬਸਕ੍ਰਾਈਬ ਤੋਂ ਬਾਅਦ ਇਹ ਟਰੋਫੀ ਹੈ ਜਿਹੜੀ ਤਾਂ ਅਸੀਂ ਕਹਿ ਸਕਦੇ ਹਾਂ ਦਿੱਤੀ ਜਾਂਦੀ ਹੈ, ਯੂਟਿਊਬ ਵੱਲੋਂ ਭੇਜੀ ਜਾਂਦੀ ਹੈ, ਪਰ ਅੱਜ ਉਸ ਸ਼ਖਸ ਦਾ ਉਹ ਹਾਲਾਤ ਹੋਏ ਨੇ। ਸਭ ਤੋਂ ਵੱਡੀ ਗੱਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਉਹ ਸ਼ਖਸ ਹੈ ਜਿਹਨੇ ਕੋਰੋਨਾ ਕਾਲ ਦੌਰਾਨ ਲੋਕਾਂ ਦੇ ਘਰਾਂ ਦੀਆਂ ਛੱਤਾਂ ਤੱਕ ਪਵਾਈਆਂ ਨੇ। ਇਹ ਪਰਿਵਾਰ ਹੱਸਦਾ ਵੱਸਦਾ ਰਹੇ, ਪਰ ਅੱਜ ਉਹ ਹਾਲਾਤ ਆ ਗਏ ਕਿ ਆਪਦੇ ਘਰ ਦੀ ਛੱਤ ਹੈ ਜਿਹੜੀ ਤਾਂ ਉਹ ਗਿਰਨ ਨੂੰ ਮਜਬੂਰ ਹੋ ਗਏ। ਸਟੰਟ ਬੰਦ ਹੋ ਗਏ, ਸਟੰਟ ਦੇ ਸਿਰੋਂ ਹੀ ਮੇਰਾ ਕਾਰੋਬਾਰ ਚੱਲਦਾ ਸੀ। ਜ਼ਮੀਨ ਜਾਇਦਾਦ ਤਾਂ ਮੇਰੇ ਕੋਲ ਹੈ ਨਹੀਂ, ਅਤੇ ਗਰੀਬ ਪਰਿਵਾਰ ਦਾ ਮੈਂ ਜਵਾਕ ਹਾਂ, ਅਤੇ ਸਟੰਟ ਸਿਰੋਂ ਮੇਰਾ ਕਾਰੋਬਾਰ ਸਾਰਾ ਚੱਲਦਾ ਸੀ। ਸਟੰਟ ਬੰਦ ਹੋ ਗਏ, ਜ਼ਿੰਦਗੀ ਹੁਣ ਨਰਕ ਭਰੀ ਹੋ ਗਈ। ਬਾਕੀ ਜਿਹੜਾ ਪਹਿਲਾਂ ਮੈਂ ਆਪਣਾ ਸਟੰਟਾਂ ਰਾਹੀਂ ਪੈਸਾ ਕਮਾਇਆ ਸੀ, ਉਹ ਮੈਂ ਹੜ੍ਹ ਪੀੜ ਤਾਂ ਵੇਲੇ ਲਾਤਾ ਸਾਰਾ, ਅਤੇ ਆਪਾਂ ਨੂੰ ਐਂ ਸੀ ਵੀ ਚਲੋ ਆਪਣਾ ਕੰਮ ਚੱਲਦਾ ਗਾ ਅਤੇ ਇਨਕਮ ਆਪਣੇ ਹੋਰ ਹੋ ਜਾਣੀ ਆ, ਕੋਈ ਚੱਕਰ ਨਹੀਂ, ਵੀ ਚਲੋ ਦਾਨ ਪੁੰਨ ਜ਼ਰੂਰੀ ਆ। ਅਤੇ ਆਪਾਂ 7-8 ਲੱਖ ਰੁਪਇਆ ਤਕਰੀਬਨ ਜਿਹੜੇ ਬੇਕਾਰ ਹੋ ਗਏ ਸੀ ਉਦੋਂ ਹੜ੍ਹਾਂ ਨਾਲ, ਘਰ ਡਿੱਗ ਗਏ ਸੀ, ਉਹ ਘਰ ਪਾ ਕੇ ਦਿੱਤੇ ਨੇ, ਅਤੇ 13 ਦਿਨ ਮੈਨੇ ਲੰਗਰ ਵੀ ਚਲਾਇਆ, ਰਾਸ਼ਨ ਵਗੈਰਾ ਵੰਡਿਆ। ਵੀਰ ਉਹ ਪੈਸਾ ਮੈਨੇ ਆਪਦੇ ਵਾਸਤੇ ਜੋੜਿਆ ਸੀ, ਆਪਣੇ ਘਰ ਪਾਉਣਾ ਸੀਗਾ, ਕਿਉਂਕਿ ਘਰ ਮੇਰਾ ਨੀਵਾਂ ਹੋ ਗਿਆ, ਹੁਣ ਬਾਹਰੋਂ ਸਾਰਾ ਪਾਣੀ ਮੇਰੇ ਘਰ ਹੀ ਆਉਂਦਾ ਗਾ। ਉਸ ਟਾਈਮ ਆਪਣਾ ਕੰਮ ਵਧੀਆ ਚੱਲਦਾ ਸੀ, ਆਪਾਂ ਨੂੰ ਇਹ ਸੀ ਵੀ ਚਲੋ ਕੋਈ ਨਹੀਂ, ਜਿਹੜੇ ਆਪਾਂ ਤਾਂ ਹਜੇ ਫਿਰ ਵੀ ਛੱਤ ਦੇ ਥੱਲੇ ਬੈਠੇ ਹਾਂ, ਵੀ ਜਿਹੜੇ ਬੇਘਰ ਹੋ ਗਏ ਉਹਨਾਂ ਨੂੰ ਕਿਉਂ ਨਾ ਘਰੇ ਬਿਠਾਇਆ ਜਾਵੇ, ਅਤੇ ਮੈਂ ਪਹਿਲ ਉਹਨਾਂ ਨੂੰ ਦਿੱਤੀ ਉਹ ਪੈਸੇ 'ਚੋਂ। ਹੁਣ ਮੇਰੀ ਘਰ ਦੀ ਛੱਤ ਤੁਹਾਨੂੰ ਦੇਖਿਓ ਡਿੱਗਣ ਵਾਲੀ ਹੈਗੀ, ਅਤੇ ਇਹ ਛੱਤ ਡਿੱਗਣ ਵਾਲੀ ਆ, ਹੁਣ ਅਸੀਂ ਬਾਹਰ ਪੈਂਦੇ ਹਾਂ, ਅੰਦਰ ਵੀ ਨਹੀਂ ਪੈਣ ਦਿੰਦਾ ਮੈਂ ਮਾਤਾ ਹੋਰਾਂ ਨੂੰ, ਕਿਉਂਕਿ ਇਹਦਾ ਇਹ ਨਹੀਂ ਪਤਾ ਕਦੋਂ ਬਾਲਾ ਟੁੱਟ ਕੇ ਕਦੋਂ ਡਿੱਗ ਜਾਵੇ। ਅਤੇ ਮੋਗੇ ਨਿਕਲੇ ਪਏ ਨੇ ਉੱਤੋਂ ਦੀ, ਡਬਲ ਕੁਛ ਰੱਖ ਕੇ ਸਾਰਿਆ ਹੋਇਆ ਕੰਮ, ਅਤੇ ਬਾਕੀ ਸਮਾਨ ਪੇਟੀਆਂ ਉੱਪਰ ਦੀ ਕਾਗਜ਼ ਵਗੈਰਾ ਪਾਏ ਹੋਏ ਨੇ, ਵੀ ਚਾਹੁੰਦੀ ਆ ਕਿਉਂਕਿ ਹੁਣ ਮੀਂਹ ਆ ਜਾਂਦਾ ਜਦੋਂ ਉਦੋਂ ਪੂਰਾ ਹੋ ਜਾਂਦਾ, ਪੈਸਾ ਮੈਂ ਸਾਰਾ ਲਾ ਬੈਠਾ। ਟਰੈਕਟਰ ਦੇ ਸਟੰਟ ਫਿਰ ਕਿਹੜੇ ਕਿਹੜੇ ਗੀਤਾਂ 'ਚ ਕਰਦੇ ਸੀ ਪ੍ਰੋਗਰਾਮ? ਜਿਵੇਂ ਵੀਰ ਕਬੱਡੀ, ਕ੍ਰਿਕਟ, ਉਹਨਾਂ ਦੀਆਂ ਬੁਕਿੰਗਾਂ ਆਉਂਦੀਆਂ ਸੀ, ਉੱਥੇ ਕਰਨ ਚੱਲ ਜਾਂਦੇ ਸੀ, ਅਤੇ ਆਪਣੇ ਗਾਣਿਆਂ ਦੀਆਂ ਬੁਕਿੰਗਾਂ ਆਉਂਦੀਆਂ ਸੀ, ਗਾਣਿਆਂ 'ਚ ਸਟੰਟ ਕਰਦੇ ਸੀ ਆਪਾਂ, ਜੇ ਨਾਮੀ ਸਿੰਗਰਾਂ ਨਾਲ ਕਾਫੀ ਨਾਲ ਕੀਤਾ ਹੋਇਆ, ਜਿਵੇਂ ਗੁਲਾਬ ਸਿੱਧੂ ਅਤੇ ਜਸਕਰਨ ਗਰੇਵਾਲ, ਅਤੇ ਆਪਣੇ ਕੋਲ ਜੈਨੀ ਜੋਹਲ ਵੀ ਆਈ ਸੀ, ਰੀਲਾਂ ਸ਼ੂਟ ਕਰਕੇ ਲਿਆਈ ਸੀ ਟਰੈਕਟਰ ਸਟੰਟ ਨਾਲ, ਅਤੇ ਬਾਕੀ ਹੋਰ ਵੀ ਕਾਫੀ ਗਾਣੇ, ਜਾਣੀ ਕਿ 15-16 ਗਾਣੇ ਕੀਤੇ ਹੋਏ ਨੇ ਮੈਨੇ, ਬਾਕੀ ਕਬੱਡੀ ਅਤੇ ਕ੍ਰਿਕਟ ਵਾਲੇ ਮੇਲੇ ਤਾਂ ਬਹੁਤ ਕੀਤੇ ਨੇ, ਅਤੇ ਕਾਫੀ ਚੰਗੀ ਇਨਕਮ ਹੋ ਜਾਂਦੀ ਸੀ ਉਹਦੇ ਨਾਲ, ਅਤੇ ਉਹੀ ਕੰਟੈਕਟ ਆਪਾਂ ਯੂਟਿਊਬ 'ਤੇ ਪਾ ਦਾਂਗੇ, ਅਤੇ ਇਹ ਉਹੀ ਕਮਾਈ ਆ। ਅੱਜ ਟਰੈਕਟਰ ਨੂੰ ਦੇਖ ਕੇ ਭਾਵਕ ਨਹੀਂ ਹੁੰਦਾ, ਇਹ 1000-1 ਲੱਖ ਰੁਪਏ ਕਮਾ ਕੇ ਦਿੱਤੇ, ਤੁਹਾਡੇ ਚਿਹਰੇ 'ਤੇ ਮੁਸਕਰਾਹਟ ਲਿਆਉਂਦੀ, ਅਤੇ ਅੱਜ ਉਹਨੂੰ ਖੜ੍ਹਾ ਦੇਖ ਕੇ, ਫਿਰ ਜਦੋਂ ਕਿਤੇ ਹੁਣ ਉਹਦੇ ਕੱਪੜਾ ਪਾ ਕੇ ਖੜਾਉਣੇ, ਜਿੰਦਾ ਲਾ ਕੇ ਖੜਾਉਣਾ, ਰੋਣਾ ਤਾਂ ਆਉਂਦਾ, ਫਿਰ ਅੱਧਾ ਘੰਟਾ ਪਹਿਲਾਂ ਜਾ ਕੇ ਰੋਈ ਦਾ, ਅਤੇ ਮਾਤਾ ਵੀ ਕਹਿ ਦਿੰਦੇ ਵੀ ਆਪਾਂ ਘਰ ਕਦੋਂ ਪਾਵਾਂਗੇ, ਕਿਉਂਕਿ ਮੈਂ ਪਹਿਲਾਂ ਦੱਸਿਆ ਨਹੀਂ ਸੀ ਵੀ ਇੰਨਾ ਪੈਸਾ ਜੋੜ ਲਿਆ, ਅਤੇ ਜੋੜ ਕੇ ਆਪਾਂ ਨੂੰ ਐਂ ਤੀ ਵੀ ਸਰਪ੍ਰਾਈਜ਼ ਕਰਾਂਗੇ ਵੀ ਹਾਂ ਵੀ ਹੁਣ ਘਰ ਪਾਉਣ ਲੱਗਿਆ, ਅਤੇ ਹੁਣ ਫਿਰ ਅੱਧਾ ਘੰਟਾ ਜਾ ਕੇ ਬਈ ਉੱਧਰ ਨੂੰ ਜਾ ਕੇ ਰੋਈ ਦਾ, ਜਾ ਕਿਤੇ ਜੇ ਮਨ ਉਦਾਸ ਹੋ ਜੇ, ਕਈ ਵਾਰ ਇਹੋ ਜਿਹਾ ਮਨ ਹੁੰਦਾ ਵੀ ਕੋਈ ਗਲਤ ਕਦਮ ਚੱਕਣ ਨੂੰ ਮਜਬੂਰ ਜਿਹਾ ਬਣ ਜਾਂਦਾ, ਜੋ ਆਪਾਂ ਰੀਲਾਂ 'ਚ ਲਾਈਫ ਦੇਖਦੇ ਹਾਂ ਨਾ ਆਪਾਂ ਸਟਾਰਾਂ ਦੀ, ਉਹ ਰੀਅਲ ਨਹੀਂ ਹੁੰਦੀ। ਹੁਣ ਸਾਰੇ ਕਹਿੰਦੇ ਨੇ ਤੂੰ ਹੱਸਦਾ ਵੱਸਦਾ, ਹੁਣ ਚੁੱਪ ਜਿਹਾ ਰਹਿਣ ਲੱਗ ਗਿਆ, ਹੁਣ ਬਈ ਚੁੱਪ ਦਾ ਦੱਸੀਏ ਰਾਜ ਕਿਹਨੂੰ ਕਿਹਨੂੰ ਦੱਸੀਏ। ਟਾਈਮ ਮਾਣ ਵੀ ਹੁੰਦਾ ਉਹਨਾਂ ਵੱਡੇ ਵੱਡੇ ਕਲਾਕਾਰਾਂ ਨਾਲ, ਟਰੈਕਟਰ 'ਤੇ ਕੰਮ ਕੀਤਾ, ਸਟੰਟ ਕੀਤੇ ਨੇ, ਉਹਨਾਂ ਦੇ ਗੀਤਾਂ 'ਚ ਕਰੋੜਾਂ ਹੀ ਲੋਕਾਂ ਨੇ ਤੁਹਾਨੂੰ ਦੇਖਿਆ, ਪਰ ਅੱਜ ਇਹ ਹਾਲਾਤ ਆ। ਅਤੇ ਹੁਣ ਜਿਵੇਂ ਲੋਕ ਦੇਖਦੇ ਨੇ ਵੀ ਬਾਈ ਗੁਲਾਬ ਸਿੱਧੂ ਨਾਲ ਬੈਠਿਆ, ਬਾਈ ਉਹਦੇ ਨਾਲ ਬੈਠਿਆ, ਉਹਦੇ ਨਾਲ ਬੈਠਿਆ, ਉੱਥੇ ਲੱਗਦਾ ਵੀ ਵਾਹ ਵਾਹ ਬੰਦੇ ਦੀ ਵਾਹ ਵਾਹ, ਹੈ ਨਾ, ਉਹ ਇੱਕ ਵਾਹ ਵਾਹ ਹੀ ਆ। ਉੱਦਾਂ ਬੰਦਾ ਅੰਦਰੋਂ ਉਹ ਜਿਹੜਾ ਮਸ਼ਹੂਰ ਬੰਦਾ ਹੁੰਦਾ ਉਹ ਅੰਦਰੋਂ ਬਹੁਤ ਡੂੰਘਾ ਟੁੱਟਿਆ ਹੋਇਆ ਹੁੰਦਾ, ਇਸੇ ਕਰਕੇ ਕਿਉਂ ਮੈਂ ਜਮ੍ਹਾਂ ਗਰੀਬੀ 'ਚੋਂ ਲੰਘਿਆ ਸੀ ਬਾਈ, ਜਿਹੜੇ ਮੈਨੇ ਘਰ ਟੁੱਟੇ ਦੇਖੇ ਉਹ ਰੋਂਦੇ ਦੇਖੇ, ਮੈਨੇ ਸੋਚਿਆ ਯਾਰ ਵੀ ਆਪਾਂ ਵੀ ਆਹ ਟਾਈਮ 'ਚੋਂ ਆਪਾਂ ਤਾਂ ਚੰਗੇ ਟਾਈਮ 'ਚ ਆ ਰਹੇ ਹਾਂ, ਹੁਣ ਕੋਈ ਵੀ ਬੰਦਾ ਜੇ ਮੈਨੂੰ ਜਾਂਦੇ ਰਾਹ ਦੇ ਵਿੱਚ ਵੀ ਦੀ ਜੇ ਨਾ ਮੈਨੂੰ, ਮੈਨੂੰ ਇਹ ਹੁੰਦਾ ਵੀ ਬਾਬਾ ਨਾਨਕਾ ਇੰਨੇ ਜੋਗਰਾ ਕਰਦੇ ਵੀ ਮੈਂ ਕਿਸੇ ਦੀ ਮਦਦ ਕਰ ਸਕਾਂ, ਅਤੇ ਅੱਜ ਬਾਈ ਖੁਦ ਮੰਗਣਾ ਪੈ ਗਿਆ। ਇਹ ਮੈਂ ਸਾਲ ਵੇਟ ਕੀਤੀ ਹੈਗੀ, ਕਿਉਂਕਿ ਮੈਨੂੰ ਇਹ ਤੀ ਵੀ ਜੇ ਦੁਬਾਰਾ ਸੈਟਿੰਗ ਆ ਜੇ, 1 ਸਾਲ ਹੋ ਗਏ ਵੀਰ ਘਰ ਪਾਇਆ ਨੂੰ, ਅਤੇ 1 ਸਾਲ ਹੋ ਗਏ ਲੰਗਰ ਲਾਇਆ ਨੂੰ, 8 ਲੱਖ ਰੁਪਈਏ ਦੇ ਕਰੀਬ ਮੈਂ ਲਾ ਚੁੱਕਿਆ। ਉਦੋਂ ਦਾ ਮੇਰੇ ਕੋਲ ਬਸ ਮੇਰੀ ਦਵਾਈ ਵਾਲੇ ਵੀ ਪੂਰੇ ਨਹੀਂ ਹੁੰਦੇ, 6,650 ਦੀ ਦਵਾਈ ਆਉਂਦੀ ਆ ਵੀਰ ਮੇਰੀ, ਦਵਾਈ ਕਾਹਦੀ ਚੱਲ ਰਹੀ ਹੈ ਵੀਰ? ਮੈਨੂੰ ਆਪਾਂ ਸੀਜ਼ਨ ਲਾਉਣ ਜਾਂਦੇ ਹੁੰਦੇ ਸੀ ਤੂੜੀ ਵਾਲੀ ਵਗੈਰਾ, ਅਤੇ ਉਹਦੇ ਗਰ ਦੇ ਕਾਰਨ ਮੇਰੇ ਫੇਫੜਿਆਂ 'ਚ ਛੇਕ ਵਗੈਰਾ ਹੋ ਗਏ ਸੀ, ਅਤੇ ਉਹ ਦਵਾਈ ਕਰੋਨਾ ਟਾਈਮ ਦੀ ਚੱਲਦੀ ਹੈ ਮੇਰੀ। ਹਾਂ ਬਾਈ, ਉਮੀਦ ਆ ਜੇ ਚਾਹੁਣ ਵਾਲੇ ਹੈ ਨਾ
ਅਤੇ ਆਪਾਂ ਨੇ ਕਿਸੇ ਟਾਈਮ ਆਪਾਂ ਦੂਜਿਆਂ ਦੀ ਮਦਦ ਕਰੀ ਆ, ਜੇ ਚਾਹੁਣ ਵਾਲੇ ਚਾਹੁਣ ਵੀ ਮੇਰੀ ਮਦਦ ਕਰਨ, ਕੁਛ ਵੀ ਹੋ ਸਕਦਾ। ਸੋਸ਼ਲ ਮੀਡੀਆ ਤੇ ਮਨੋਰੰਜਨ ਦੇ ਲਈ ਤੁਸੀਂ ਟਰੈਕਟਰਾਂ ਦੇ ਸਟੰਟ ਤਾਂ ਦੇਖਦੇ ਹੋਗੇ, ਵੱਡੇ ਵੱਡੇ ਕਲਾਕਾਰਾਂ ਦੇ ਗਾਣਿਆਂ ਦੇ ਵਿੱਚ ਟਰੈਕਟਰਾਂ ਦੇ ਸਟੰਟ ਤਾਂ ਦੇਖਦੇ ਹੋਗੇ, ਪਰ ਉਹ ਕੌਣ ਕਰਦਾ? ਹਰ ਇੱਕ ਨੂੰ ਤਸਵੀਰ ਦੇ ਵਿੱਚ ਲੱਗਦਾ ਕਿ ਇਹ ਚੰਗਾ ਕਮਾਉਂਦਾ ਹੋਵੇਗਾ, ਪਰ ਉਸ ਸ਼ਖਸ ਨਾਲ ਮੁਲਾਕਾਤ ਕਰਾਵਾਂਗੇ, ਵਾਕਫ ਕਰਵਾਵਾਂਗੇ, ਜਿਸ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਤੁਸੀਂ ਬਹੁਤ ਦੇਖਿਆ ਹੋਊਗਾ। ਸਭ ਤੋਂ ਇੱਕ ਹੋਰ ਤਸਵੀਰ ਦਿਖਾਉਣਾ ਤੁਹਾਨੂੰ, ਪੇਂਡੂ ਟਰੈਕਟਰ ਮਹਿਕਮਾ 1,00,000 ਸਬਸਕ੍ਰਾਈਬ ਤੋਂ ਬਾਅਦ ਇਹ ਟਰੋਫੀ ਹੈ ਜਿਹੜੀ ਤਾਂ ਅਸੀਂ ਕਹਿ ਸਕਦੇ ਹਾਂ ਦਿੱਤੀ ਜਾਂਦੀ ਹੈ, ਯੂਟਿਊਬ ਵੱਲੋਂ ਭੇਜੀ ਜਾਂਦੀ ਹੈ, ਪਰ ਅੱਜ ਉਸ ਸ਼ਖਸ ਦਾ ਉਹ ਹਾਲਾਤ ਹੋਏ ਹੋਏ ਨੇ। ਸਭ ਤੋਂ ਵੱਡੀ ਗੱਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਉਹ ਸ਼ਖਸ ਹੈ ਜਿਹਨੇ ਕਰੋਨਾ ਕਾਲ ਦੌਰਾਨ ਲੋਕਾਂ ਦੇ ਘਰਾਂ ਦੀਆਂ ਛੱਤਾਂ ਤੱਕ ਪਵਾਈਆਂ ਨੇ, ਆਪ ਇੱਟਾਂ ਚੱਕ ਕੇ ਕੰਮ ਕਰਵਾਇਆ ਵੀ ਇਹ ਪਰਿਵਾਰ ਹੱਸਦਾ ਵੱਸਦਾ ਰਹੇ, ਪਰ ਅੱਜ ਉਹ ਹਾਲਾਤ ਆ ਗਏ ਕਿ ਆਪਦੇ ਘਰ ਦੀ ਛੱਤ ਹੈ ਜਿਹੜੀ ਤਾਂ ਉਹ ਗਿਰਨ ਨੂੰ ਮਜਬੂਰ ਹੈ। ਮੇਰੇ ਨਾਲ ਅਮਨ ਬਾਈ ਮੌਜੂਦ ਹੈ। ਅਮਨ ਬਾਈ, ਕੀ ਹੈ ਜੇ ਹਾਲਾਤ ਆ ਗਏ ਕਿ ਤੁਸੀਂ, ਅਸੀਂ ਦੇਖ ਰਹੇ ਤਸਵੀਰ 1,00,000 ਦੀ ਤੁਹਾਨੂੰ ਜਿਹੜੀ ਯੂਟਿਊਬ ਵੱਲੋਂ ਉਹ ਭੇਜੀ ਹੈ, ਪਰ ਅੱਜ ਤੁਸੀਂ ਸੋਸ਼ਲ ਮੀਡੀਆ ਦੇ ਸਾਹਮਣੇ ਆਏ ਹੋ। ਵੀਰ, ਸਟੰਟ ਜਦੋਂ ਦੇ ਬੰਦ ਹੋਏ ਨੇ ਉਦੋਂ ਦਾ ਥੋੜ੍ਹਾ ਆਪਣਾ ਕੰਮ ਡਾਊਨ ਹੀ, ਜਾਣੀ ਕਿ ਡਾਊਨ ਕਿ ਬੰਦ ਹੀ ਹੋ ਗਿਆ, ਕਿਉਂਕਿ ਸਟੰਟ ਬੰਦ ਹੋ ਗਏ। ਸਟੰਟ ਦੇ ਸਿਰੋਂ ਹੀ ਮੇਰਾ ਕਾਰੋਬਾਰ ਚੱਲਦਾ ਸੀਗਾ, ਜ਼ਮੀਨ ਜਾਇਦਾਦ ਤਾਂ ਮੇਰੇ ਕੋਲ ਹੈ ਨਹੀਂ, ਅਤੇ ਗਰੀਬ ਪਰਿਵਾਰ ਦਾ ਮੈਂ ਜਵਾਕ ਹਾਂ, ਅਤੇ ਸਟੰਟ ਸਿਰੋਂ ਮੇਰਾ ਕਾਰੋਬਾਰ ਸਾਰਾ ਚੱਲਦਾ ਸੀ। ਸਟੰਟ ਬੰਦ ਹੋ ਗਏ, ਜ਼ਿੰਦਗੀ ਹੁਣ ਨਰਕ ਭਰੀ ਹੋ ਗਈ। ਬਾਕੀ ਜਿਹੜਾ ਪਹਿਲਾਂ ਮੈਂ ਆਪਣਾ ਸਟੰਟਾਂ ਰਾਹੀਂ ਪੈਸਾ ਕਮਾਇਆ ਸੀ, ਉਹ ਮੈਂ ਹੜ੍ਹ ਪੀੜਤਾਂ ਵੇਲੇ ਲਾਤਾ ਸਾਰਾ, ਅਤੇ ਆਪਾਂ ਨੂੰ ਐਂ ਸੀ ਵੀ ਚਲੋ ਆਪਣਾ ਕੰਮ ਚੱਲਦਾ ਗਾ ਅਤੇ ਇਨਕਮ ਆਪਣੇ ਹੋਰ ਹੋ ਜਾਣੀ ਆ, ਕੋਈ ਚੱਕਰ ਨਹੀਂ ਵੀ ਚਲੋ ਦਾਨ ਪੁੰਨ ਜ਼ਰੂਰੀ ਆ। ਅਤੇ ਆਪਾਂ 8-9 ਲੱਖ, 7-8 ਲੱਖ ਰੁਪਈਆ ਤਕਰੀਬਨ ਮੈਂ ਜਿਹੜੇ ਬੇਘਰ ਹੋ ਗਏ ਸੀ ਉਦੋਂ ਹੜ੍ਹਾਂ ਨਾਲ ਘਰ ਡਿੱਗ ਗਏ ਸੀ, ਉਹ ਘਰ ਪਾ ਕੇ ਦਿੱਤੇ ਨੇ, ਅਤੇ 13 ਦਿਨ ਮੈਨੇ ਲੰਗਰ ਵੀ ਚਲਾਇਆ, ਰਾਸ਼ਨ ਵਗੈਰਾ ਵੰਡਿਆ, ਅਤੇ 8,00,000 ਰੁਪਇਆ ਤਕਰੀਬਨ ਮੈਂ। ਉਦੋਂ ਕੀ ਸੋਚਣੀ ਸੀ ਵੀ ਜਿਹੜਾ ਇੰਨੀ ਮਦਦ ਕੀਤੀ ਲੋਕਾਂ ਦੀ, ਵੀ ਆਪਦਾ ਛੱਡ ਕੇ ਜਿਹੜਾ ਲੋਕਾਂ ਦੇ ਵੱਲ ਹੋ ਗਈ ਸੀ? ਵੀਰ, ਉਹ ਪੈਸਾ ਮੈਨੇ ਆਪਦੇ ਵਾਸਤੇ ਜੋੜਿਆ ਸੀ, ਆਪਣੇ ਘਰ ਪਾਉਣਾ ਸੀਗਾ, ਕਿਉਂਕਿ ਘਰ ਮੇਰਾ ਨੀਵਾਂ ਹੋ ਗਿਆ, ਹੁਣ ਬਾਹਰੋਂ ਸਾਰਾ ਪਾਣੀ ਮੇਰੇ ਘਰ ਹੀ ਆਉਂਦਾ ਗਾ, ਅਤੇ ਆਪਦੇ ਘਰ ਵਾਸਤੇ ਉਹ ਪੈਸੇ ਜੋੜੇ ਸੀ। ਅਤੇ ਉਸ ਟਾਈਮ ਆਪਣਾ ਕੰਮ ਵਧੀਆ ਚੱਲਦਾ ਸੀ, ਆਪਾਂ ਨੂੰ ਇਹ ਸੀ ਵੀ ਚਲੋ ਕੋਈ ਨਹੀਂ, ਜਿਹੜੇ ਆਪਾਂ ਤਾਂ ਹਜੇ ਫਿਰ ਵੀ ਛੱਤ ਦੇ ਥੱਲੇ ਬੈਠੇ ਹਾਂ, ਵੀ ਜਿਹੜੇ ਬੇਘਰ ਹੋ ਗਏ ਉਹਨਾਂ ਨੂੰ ਕਿਉਂ ਨਾ ਘਰੇ ਬਿਠਾਇਆ ਜਾਵੇ, ਅਤੇ ਮੈਂ ਪਹਿਲ ਉਹਨਾਂ ਨੂੰ ਦਿੱਤੀ ਉਹ ਪੈਸੇ 'ਚੋਂ। ਅਤੇ ਉਹ ਤੋਂ ਬਾਅਦ ਬਾਈ ਸਟੰਟ ਬੰਦ ਹੋ ਗਏ, ਅਤੇ ਪੈਸਾ ਵੀ ਲਾ ਬੈਠਿਆ ਮੈਂ ਜਿਹੜਾ ਮੇਰੇ ਪੱਲੇ ਸੀ, ਅਤੇ ਸਟੰਟ ਵੀ ਬੰਦ ਹੋ ਗਏ, ਮੇਰੇ ਕੋਲ ਕੋਈ ਹੋਰ ਸਾਧਨ ਨਹੀਂ ਰਿਹਾ ਕਮਾਈ ਦਾ। ਅਤੇ ਅੱਜ ਹੁਣ ਮੇਰੀ ਘਰ ਦੀ ਛੱਤ ਤੁਹਾਨੂੰ ਦੇਖਿਓ ਡਿੱਗਣ ਵਾਲੀ ਹੈਗੀ, ਅਤੇ ਇਹ ਛੱਤ ਡਿੱਗਣ ਵਾਲੀ ਆ, ਹੁਣ ਅਸੀਂ ਬਾਹਰ ਪੈਂਦੇ ਹਾਂ, ਅੰਦਰ ਵੀ ਨਹੀਂ ਪੈਣ ਦਿੰਦਾ ਮੈਂ ਮਾਤਾ ਹੋਰਿਆਂ ਨੂੰ, ਕਿਉਂਕਿ ਇਹਦਾ ਇਹ ਨਹੀਂ ਪਤਾ ਕਦੋਂ ਬਾਲਾ ਟੁੱਟ ਕੇ ਕਦੋਂ ਡਿੱਗ ਜਾਵੇ। ਅਤੇ ਮੋਗੇ ਨਿਕਲੇ ਪਏ ਨੇ ਉੱਤੋਂ ਦੀ, ਡਬਲ ਕੁਛ ਰੱਖ ਕੇ ਸਾਰਿਆ ਹੋਇਆ ਕੰਮ, ਅਤੇ ਬਾਕੀ ਸਮਾਨ ਪੇਟੀਆਂ ਉੱਪਰ ਦੀ ਕਾਗਜ਼ ਵਗੈਰਾ ਪਾਏ ਹੋਏ ਨੇ, ਵੀ ਚਾਹੁੰਦੀ ਆ ਕਿਉਂਕਿ ਹੁਣ ਮੀਂਹ ਆ ਜਾਂਦਾ ਜਦੋਂ ਉਦੋਂ ਪੂਰਾ ਹੋ ਜਾਂਦਾ, ਪੈਸਾ ਮੈਂ ਸਾਰਾ ਲਾ ਬੈਠਿਆ। ਟਰੈਕਟਰ ਦੇ ਸਟੰਟ ਫਿਰ ਕਿਹੜੇ ਕਿਹੜੇ ਗੀਤਾਂ 'ਚ ਕਰਦੇ ਸੀ ਜਾਂ ਪ੍ਰੋਗਰਾਮਾਂ 'ਚ? ਜਿਵੇਂ ਵੀਰ, ਕਬੱਡੀ, ਕ੍ਰਿਕਟ, ਉਹਨਾਂ ਦੀਆਂ ਬੁਕਿੰਗਾਂ ਆਉਂਦੀਆਂ ਸੀ, ਉੱਥੇ ਕਰਨ ਚੱਲ ਜਾਂਦੇ ਸੀ, ਅਤੇ ਆਪਣੇ ਗਾਣਿਆਂ ਦੀਆਂ ਬੁਕਿੰਗਾਂ ਆਉਂਦੀਆਂ ਸੀ, ਗਾਣਿਆਂ 'ਚ ਸਟੰਟ ਕਰਦੇ ਸੀ ਆਪਾਂ, ਨਾਮੀ ਸਿੰਗਰਾਂ ਨਾਲ ਕਾਫੀ ਨਾਲ ਕੀਤਾ ਹੋਇਆ, ਜਿਵੇਂ ਗੁਲਾਬ ਸਿੱਧੂ ਅਤੇ ਜਸਕਰਨ ਗਰੇਵਾਲ, ਅਤੇ ਆਪਣੇ ਕੋਲ ਜੈਨੀ ਜੋਹਲ ਵੀ ਆਈ ਸੀ, ਰੀਲਾਂ ਸ਼ੂਟ ਕਰਕੇ ਲਿਆਈ ਸੀ ਟਰੈਕਟਰ ਸਟੰਟ ਨਾਲ, ਅਤੇ ਬਾਕੀ ਹੋਰ ਵੀ ਕਾਫੀ ਗਾਣੇ, ਜਾਣੀ ਕਿ 15-16 ਗਾਣੇ ਕੀਤੇ ਹੋਏ ਨੇ ਮੈਨੇ, ਬਾਕੀ ਕਬੱਡੀ ਅਤੇ ਕ੍ਰਿਕਟ ਵਾਲੇ ਮੇਲੇ ਤਾਂ ਬਹੁਤ ਕੀਤੇ ਨੇ, ਅਤੇ ਕਾਫੀ ਚੰਗੀ ਇਨਕਮ ਹੋ ਜਾਂਦੀ ਸੀ ਉਹਦੇ ਨਾਲ, ਅਤੇ ਉਹੀ ਕੰਟੈਕਟ ਆਪਾਂ ਯੂਟਿਊਬ 'ਤੇ ਪਾ ਦਿੰਦੇ ਸੀ, ਇਹ ਉਹੀ ਕਮਾਈ ਆ, ਅਤੇ ਅੱਜ ਜਿਹੜੀ ਜ਼ੀਰੋ ਹੋ ਗਈ। ਅੱਜ ਟਰੈਕਟਰ ਨੂੰ ਦੇਖ ਕੇ ਭਾਵਕ ਨਹੀਂ ਹੁੰਦਾ, ਇਹਨੇ ਕਈ ਟਾਈਮ ਕਰੋੜਾਂ ਰੁਪਏ, ਅਸੀਂ ਕਹਿ ਸਕਦੇ ਹਾਂ 1,000,000 ਰੁਪਏ ਕਮਾ ਕੇ ਦਿੱਤੇ, ਤੁਹਾਡੇ ਚਿਹਰੇ 'ਤੇ ਮੁਸਕਰਾਹਟ ਲਿਆਉਂਦੀ, ਅਤੇ ਅੱਜ ਉਹਨੂੰ ਖੜ੍ਹਾ ਦੇਖ ਕੇ ਫਿਰ ਜਦੋਂ ਕਿਤੇ ਹੁਣ ਉਹਦੇ ਕੱਪੜਾ ਪਾ ਕੇ ਖੜਾਉਣੇ, ਜਿੰਦਾ ਲਾ ਕੇ ਖੜਾਉਣਾ, ਰੋਣਾ ਤਾਂ ਆਉਂਦਾ, ਫਿਰ ਅੱਧਾ ਅੱਧਾ ਘੰਟਾ ਪਹਿਲਾਂ ਜਾ ਕੇ ਰੋਈ ਦਾ, ਅਤੇ ਮਾਤਾ ਵੀ ਕਹਿ ਦਿੰਦੀ ਵੀ ਆਪਾਂ ਘਰ ਕਦੋਂ ਪਾਵਾਂਗੇ, ਕਿਉਂਕਿ ਮੈਂ ਪਹਿਲਾਂ ਦੱਸਿਆ ਨਹੀਂ ਸੀ ਵੀ ਇੰਨਾ ਪੈਸਾ ਜੋੜ ਲਿਆ, ਅਤੇ ਜੋੜ ਕੇ ਆਪਾਂ ਨੂੰ ਐਂ ਤੀ ਵੀ ਸਰਪ੍ਰਾਈਜ਼ ਕਰਾਂਗੇ ਵੀ ਹਾਂ ਵੀ ਹੁਣ ਮੈਂ ਘਰ ਪਾਉਣ ਲੱਗਿਆ, ਅਤੇ ਅਚਾਨਕ ਉਹ ਲੱਗ ਗਿਆ, ਅਤੇ ਹੁਣ ਜਦੋਂ ਮਾਤਾ ਕਹਿ ਦਿੰਦੀ ਵੀ ਘਰ ਨਹੀਂ ਪਾਉਣਾ,
ਅਤੇ ਹੁਣ ਕੀ ਦੱਸੀਏ ਵੀ ਹੁਣ ਜੀਰੋ ਹੋ ਗਿਆ ਕੰਮ ਆਪਣਾ, ਵੀ ਜਿਹੜਾ ਕੁਛ ਹੈਗਾ ਦੀ ਪੱਲੇ ਤਾਂ ਲੱਗ ਗਿਆ, ਅਤੇ ਹੁਣ ਫਿਰ ਅੱਧਾ ਅੱਧਾ ਘੰਟਾ ਜਾ ਕੇ ਬਈ ਉੱਧਰ ਨੂੰ ਜਾ ਕੇ ਰੋਈ ਦਾ, ਜਾ ਕਿਤੇ ਜੇ ਮਨ ਉਦਾਸ ਹੋ ਜੇ, ਕਈ ਵਾਰ ਇਹੋ ਜਿਹਾ ਮਨ ਹੁੰਦਾ ਵੀ ਕੋਈ ਗਲਤ ਕਦਮ ਚੱਕਣ ਨੂੰ ਮਜਬੂਰ ਜਿਹਾ ਬਣ ਜਾਂਦਾ। ਜੋ ਆਪਾਂ ਰੀਲਾਂ 'ਚ ਲਾਈਫ ਦੇਖਦੇ ਹਾਂ ਨਾ ਆਪਾਂ ਸਟਾਰਾਂ ਦੀ, ਉਹ ਰੀਅਲ ਨਹੀਂ ਹੁੰਦੀ। ਹਾਂ, ਉਹ ਰੀਲਾਂ ਹੀ ਹੁੰਦੀਆਂ ਨੇ, ਉਹ ਰੀਅਲ ਨਹੀਂ ਹੁੰਦੀ। ਰੀਅਲ ਅੰਦਰੋਂ ਬਹੁਤ ਬੰਦਾ ਟੁੱਟਿਆ ਹੋਇਆ ਹੁੰਦਾ ਵੀਰ, ਜੇ ਉਹ ਦੂਜਿਆਂ ਨੂੰ ਹੁਣ ਸਾਰੇ ਕਹਿੰਦੇ ਹੁੰਦੇ ਤੂੰ ਹੱਸਦਾ ਵੱਸਦਾ ਹੁਣ ਚੁੱਪ ਜਿਹਾ ਰਹਿਣ ਲੱਗ ਗਿਆ, ਹੁਣ ਬਈ ਚੁੱਪ ਦਾ ਦੱਸੀਏ ਰਾਜ, ਰਾਜ ਕਿਹਨੂੰ ਕਿਹਨੂੰ ਦੱਸੀਏ। ਕਿਸੇ ਟਾਈਮ ਮਾਣ ਵੀ ਹੁੰਦਾ ਉਹਨਾਂ ਵੱਡੇ ਵੱਡੇ ਕਲਾਕਾਰਾਂ ਨਾਲ, ਡਾਇਰੈਕਟਰ 'ਤੇ ਕੰਮ ਕੀਤਾ, ਸਟੰਟ ਕੀਤੇ ਨੇ, ਉਹਨਾਂ ਦੇ ਗੀਤਾਂ 'ਚ ਕਰੋੜਾਂ ਹੀ ਲੋਕਾਂ ਨੇ ਤੁਹਾਨੂੰ ਦੇਖਿਆ, ਪਰ ਅੱਜ ਇਹ ਹਾਲਾਤ ਆ ਗਏ। ਉਸੇ ਚੀਜ਼ ਦਾ ਮੈਂ ਉਹ ਕਰ ਰਿਹਾ ਵੀਰ, ਹੈ ਨਾ, ਰੀਲਾਂ 'ਤੇ ਵੀ ਰੀਅਲ ਦਾ, ਅਤੇ ਹੁਣ ਜਿਵੇਂ ਲੋਕ ਦੇਖਦੇ ਨੇ ਵੀ ਬਾਈ ਗੁਲਾਬ ਸਿੱਧੂ ਨਾਲ ਬੈਠਿਆ, ਬਾਈ ਉਹਦੇ ਨਾਲ ਬੈਠਿਆ, ਉਹਦੇ ਨਾਲ ਬੈਠਿਆ, ਉੱਥੇ ਲੱਗਦਾ ਵੀ ਵਾਹ ਵਾਹ ਬੰਦੇ ਦੀ ਵਾਹ ਵਾਹ, ਹੈ ਨਾ, ਉਹ ਇੱਕ ਵਾਹ ਵਾਹ ਹੀ ਆ। ਅਤੇ ਉੱਦਾਂ ਬੰਦਾ ਅੰਦਰੋਂ ਕੋਈ ਉਹ ਜਿਹੜਾ ਮਸ਼ਹੂਰ ਬੰਦਾ ਹੁੰਦਾ ਉਹ ਅੰਦਰੋਂ ਬਹੁਤ ਡੂੰਘਾ ਟੁੱਟਿਆ ਹੋਇਆ ਹੁੰਦਾ ਗਾ, ਇਸੇ ਕਰਕੇ ਕਿਉਂ ਮੈਂ ਜਮ੍ਹਾਂ ਗਰੀਬੀ 'ਚੋਂ ਲੰਘਿਆ ਸੀ ਬਾਈ, ਜਿਹੜੇ ਮੈਨੇ ਘਰ ਟੁੱਟੇ ਦੇਖੇ ਉਹ ਰੋਂਦੇ ਦੇਖੇ, ਮੈਨੂੰ ਸੋਚਿਆ ਯਾਰ ਵੀ ਆਪਾਂ ਵੀ ਆਹ ਟਾਈਮ 'ਚੋਂ ਆਪਾਂ ਤਾਂ ਚੰਗੇ ਟਾਈਮ 'ਚ ਆ ਰਹੇ ਹਾਂ, ਹੁਣ ਪੈਸਾ ਆਪਾਂ ਕਮਾ ਰਹੇ ਹਾਂ, ਅਤੇ ਉਹ ਤਾਂ ਕਰਕੇ ਬਈ ਆਪਾਂ ਦਾਨ ਪੁੰਨ 'ਤੇ ਲਾਇਆ ਸੀ ਵੀ ਆਪਣਾ ਕੰਮ ਚੱਲਦਾ, ਆਪਾਂ ਹੋਰ ਕਮਾ ਲਾਂਗੇ, ਜਿਹੜਾ ਇਕੱਠਾ ਕਰਿਆ ਹੋਇਆ ਲਾ ਦੇਣੇ ਕੋਈ ਗੱਲ ਨਹੀਂ, ਆਪਾਂ ਕਿਹੜਾ ਮਾੜੇ ਕੰਮ ਹੀ ਲਾਉਣ ਲੱਗਿਆ, ਕਿਸੇ ਦੇ ਘਰ ਵੱਸਦੇ ਨੇ ਕੋਈ ਚੱਕਰ ਨਹੀਂ। ਕੋਈ ਬੰਦਾ ਮੈਨੂੰ ਹਰ ਵੇਲੇ ਵੀਰੇ ਇਹ ਹੁੰਦਾ ਵੀ ਕੋਈ ਵੀ ਬੰਦਾ ਜੇ ਮੈਨੂੰ ਜਾਂਦੇ ਰਾਹ ਦੇ ਵਿੱਚ ਵੀ ਦੀਜੇ ਨਾ ਮੈਨੂੰ, ਮੈਨੂੰ ਇਹ ਹੁੰਦਾ ਵੀ ਬਾਬਾ ਨਾਨਕਾ ਇੰਨੇ ਜੋਗਰਾ ਕਰਦੇ ਵੀ ਮੈਂ ਕਿਸੇ ਦੀ ਮਦਦ ਕਰ ਸਕਾਂ, ਅਤੇ ਅੱਜ ਬਾਈ ਖੁਦ ਮੰਗਣਾ ਪੈ ਰਿਹਾ। ਇਹ ਮੈਂ ਸਾਲ ਵੇਟ ਕੀਤੀ ਹੈਗੀ, ਕਿਉਂਕਿ ਮੈਨੂੰ ਇਹ 'ਤੇ ਵੀ ਜੇ ਦੁਬਾਰਾ ਸੈਟਿੰਗ ਆ ਜੇ, ਇੱਕ ਸਾਲ ਹੋ ਗਏ ਵੀਰ ਘਰ ਪਾਇਆ ਨੂੰ, ਅਤੇ ਇੱਕ ਸਾਲ ਹੋ ਗਏ ਲੰਗਰ ਲਾਇਆ ਨੂੰ, 8 ਲੱਖ ਰੁਪਈਏ ਦੇ ਕਰੀਬ ਮੈਂ ਲਾ ਚੁੱਕਿਆ। ਉਦੋਂ ਦਾ ਮੇਰੇ ਕੋਲ ਬਸ ਮੇਰੀ ਦਵਾਈ ਵਾਲੇ ਵੀ ਪੂਰੇ ਨਹੀਂ ਹੁੰਦੇ, 6,000-6,500 ਦੀ ਦਵਾਈ ਆਉਂਦੀ ਹੈ ਵੀਰ ਮੇਰੀ। ਦਵਾਈ ਕਾਹਦੀ ਚੱਲ ਰਹੀ ਹੈ ਭਾਅ ਜੀ? ਵੀਰ ਮੈਨੂੰ ਆਪਾਂ ਸੀਜ਼ਨ ਲਾਉਣ ਜਾਂਦੇ ਹੁੰਦੇ ਸੀ ਤੂੜੀ ਵਾਲੀ ਵਗੈਰਾ, ਅਤੇ ਉਹਦੇ ਗਰ ਦੇ ਕਾਰਨ ਮੇਰੇ ਫੇਫੜਿਆਂ 'ਚ ਛੇਕ ਵਗੈਰਾ ਹੋ ਗਏ ਸੀ, ਅਤੇ ਉਹ ਦਵਾਈ ਕਰੋਨਾ ਟਾਈਮ ਦੀ ਚੱਲਦੀ ਹੈ ਮੇਰੀ, ਉਦੋਂ ਦੀ ਹੁਣ ਤੱਕ ਚੱਲ ਰਹੀ ਹੈ। ਅਤੇ ਡਾਕਟਰ ਨੂੰ ਮੈਂ ਪੁੱਛਦਾ ਹੁੰਦਾ ਵੀ ਕਦੋਂ ਬੰਦ ਹੋਊ, ਡਾਕਟਰ ਕਹਿੰਦਾ ਇਹ ਮੁਸ਼ਕਲ ਬੰਦ ਹੋਊਗੀ ਵੀ, ਇਹ ਤੈਨੂੰ ਲੈਣੀ ਹੀ ਪੈਣੀ ਹੈ। ਹੁਣ ਆਸ ਹੈਗੀ ਕਿ ਸੁਪਨੇ ਦੁਬਾਰਾ ਪੂਰੇ ਹੋ ਸਕਦੇ, ਕਿਉਂਕਿ ਤੁਸੀਂ ਤਾਂ ਕੰਮ ਵੀ ਨਹੀਂ ਕਰ ਸਕਦੇ ਕੋਈ ਹੋਰ। ਬਈ ਕੰਮ ਤਾਂ ਮੈਂ ਜੇ ਚਾਹੁੰਦਾ ਮੈਂ ਦਿਹਾੜੀ ਕਰ ਲਾਂਦਾ, ਪਰ ਮੈਂ ਦਿਹਾੜੀ ਵੀ ਨਹੀਂ ਕਰ ਸਕਦਾ, ਕਿਉਂਕਿ ਮੈਨੂੰ ਇੰਨੀ ਕੁ ਇਨਫੈਕਸ਼ਨ ਹੋ ਜਾਂਦੀ ਹੈ ਮੜੀ ਜਿਹੀ ਮਿੱਟੀ ਤੋਂ, ਵੀ ਮੈਨੂੰ ਹੁਣ ਤਾਂ 6,000 ਦਿੰਦੇ, ਫਿਰ 12,000 ਲੱਗਦਾ, ਜਾਣੀ ਕਿ ਜੇ ਮੈਂ ਕਮਾਉਣ ਦੀ ਸੋਚਾਂ ਵੀ ਕਮਾ ਰਿਹਾ ਮੈਂ, ਕਮਾਉਣ ਤੋਂ ਵੱਧ ਮੇਰੇ ਲੱਗ ਜਾਂਦੇ ਨੇ, ਦਵਾਈਆਂ 'ਚ ਲੱਗ ਜਾਂਦੇ ਨੇ। ਹਾਂ ਬਾਈ, ਉਮੀਦ ਆ ਜੇ ਚਾਹੁਣ ਵਾਲੇ, ਹੈ ਨਾ, ਅਤੇ ਆਪਾਂ ਨੇ ਕਿਸੇ ਟਾਈਮ ਆਪਾਂ ਦੂਜਿਆਂ ਦੀ ਮਦਦ ਕਰੀ ਆ, ਜੇ ਚਾਹੁਣ ਵਾਲੇ ਚਾਹਣ ਵੀ ਮੇਰੀ ਮਦਦ ਕਰਨ, ਕੁਛ ਵੀ ਹੋ ਸਕਦਾ। ਤਾਂ ਸਾਡੇ ਦਰਸ਼ਕਾਂ ਨੂੰ ਆਪਣਾ ਕੰਟੈਕਟ ਨੰਬਰ ਜਾਂ ਐਡਰੈਸ ਵਗੈਰਾ ਦੱਸ ਦਿਓ। ਮੇਰਾ ਕੰਟੈਕਟ ਨੰਬਰ ਵੀਰੇ 8,374-47,736, 8,374-47,736। ਕਿਵੇਂ ਵੀਰ? ਪੇਜ ਦਾ ਵੀ ਆਪਦਾ ਜ਼ਿਕਰ ਕਰ ਦਿਓ। ਪੇਜ ਵੀਰੇ ਮੇਰਾ ਇੰਸਟਾ 'ਤੇ ਵੀ ਚੱਲਦਾ ਪੇਂਡੂ ਟਰੈਕਟਰ ਮਹਿਕਮਾ, ਅਤੇ ਯੂਟਿਊਬ 'ਤੇ ਵੀ ਪੇਂਡੂ ਟਰੈਕਟਰ ਮਹਿਕਮਾ, ਦੋਵੇਂ ਪੇਜ ਆਪਣੇ ਚੱਲਦੇ ਨੇ, ਸੇਮੇ ਨਾਮ ਦੇ ਨੇ। ਅਤੇ ਬਾਕੀ ਵੀਰ ਥੋੜ੍ਹਾ ਜਿਹਾ ਤਾਂ ਸੋਸ਼ਲ ਮੀਡੀਆ 'ਤੇ ਤੁਹਾਡੇ ਨਾਲ ਬਹੁਤ ਲੋਕ ਜੁੜੇ ਹੋਏ ਨੇ, ਤੁਹਾਡੇ ਪੇਜ ਨਾਲ ਜੁੜੇ ਹੋਏ ਨੇ, ਜੋ ਤੁਹਾਨੂੰ ਪਿਆਰ ਕਰਦੇ ਨੇ, ਪਸੰਦ ਕਰਦੇ ਨੇ, ਜੇ ਉਹਨਾਂ ਲਵੇ ਵੀਡੀਓ ਤਾਂ ਉਹਨਾਂ ਨੂੰ ਕੀ ਬੇਨਤੀ ਕਰੋਗੇ ਵੀਰ? ਪਹਿਲੀ ਬੇਨਤੀ ਤਾਂ ਮੇਰੀ ਇਹੀ ਆ ਨਾ, ਸੋ ਉਹਨਾਂ ਨੂੰ ਸਾਰਿਆਂ ਨੂੰ ਪਤਾ ਵੀ ਚੰਗੇ ਕੰਮ ਹੀ ਕਰਦਾ ਸੀ ਇਹ ਮੁੰਡਾ, ਠੀਕ ਆ। ਸਾਰਿਆਂ ਨੂੰ ਬੇਨਤੀ ਹੈ ਬਈ ਹੁਣ ਮੈਂ ਕਿਸੇ ਮਾੜੇ ਟਾਈਮ ਤੁਹਾਡੀ ਬਾਂਹ ਫੜੀ ਆ, ਅਤੇ ਮੈਂ ਜੇ ਦੁਬਾਰਾ ਚੰਗਾ ਟਾਈਮ ਆ ਗਿਆ ਮੈਂ ਤੁਹਾਡੇ ਤੋਂ ਹੁਣ ਵੀ ਨਹੀਂ ਕਿਤੇ ਭੱਜਣ ਲੱਗਿਆ, ਵੀ ਹੁਣ ਮੇਰੇ 'ਤੇ ਮਾੜਾ ਟਾਈਮ ਆ ਭਰਾ ਬਣ ਕੇ, ਹੁਣ ਸਾਂਭ ਲਓ ਮੌਕਾ, ਠੀਕ। ਤਾਂ ਚੰਗੇ ਮਾੜੇ ਟਾਈਮ ਤਾਂ ਜਿਹੜਾ ਆਉਂਦੇ ਰਹਿੰਦੇ ਨੇ। ਤਾਂ ਵੀਰ ਦੀਆਂ ਤੁਸੀਂ ਵੀਡੀਓ ਵੀ ਬਹੁਤ ਸੋਸ਼ਲ ਮੀਡੀਆ 'ਤੇ ਦੇਖੀਆਂ ਹੋਣਗੀਆਂ, ਪਸੰਦ ਵੀ ਕੀਤੀਆਂ ਹੋਣਗੀਆਂ, ਲਾਈਕ ਵੀ ਕੀਤੀਆਂ ਹੋਣਗੀਆਂ, ਅਤੇ ਬਾਈ ਦੀ ਹਿਸਟਰੀ ਦਾ ਤੁਸੀਂ ਸੁਣ ਲਈ ਕਿਸ ਤਰੀਕੇ ਲੋਕਾਂ ਦੀ ਮਦਦ ਕੀਤੀ ਆਪ ਜਾ ਕੇ। ਪਰ ਅੱਜ ਉਹ ਹਾਲਾਤ ਹੋਏ ਪਏ ਨੇ ਵੀ ਘਰ ਦੀ ਛੱਤ ਗਿਰਨ ਨੂੰ ਤਿਆਰ ਖੜੀ ਹੈ, ਤਾਂ ਅਸੀਂ ਕਹਿ ਸਕਦੇ ਹਾਂ ਪਰਿਵਾਰ ਦਾ ਬਾਈ ਕਮਾ ਵੀ ਨਹੀਂ ਸਕਦਾ ਕੁਛ, ਅਤੇ ਬਾਈ ਮਜਬੂਰ ਹੋ ਕੇ ਤਾਂ ਇੱਕ ਸਾਲ ਕਹਿੰਦਾ ਮੈਂ ਵੇਟ ਵੀ ਕੀਤੀ ਪਰ ਸੀ ਵੀ ਨਹੀਂ ਆਪਾਂ ਮੰਗਣਾ ਨਹੀਂ, ਸ਼ਾਇਦ ਕੁਛ ਬਣ ਜੇ। ਪਰ ਅੱਜ ਉਹ ਹਾਲਾਤ ਆ ਗਏ ਕਿ ਦਵਾਈ ਜੋਗੇ ਪੈਸੇ ਨਹੀਂ, ਕੰਮ ਨਹੀਂ ਚੱਲ ਰਿਹਾ, ਪੇਜ ਬੰਦ ਹੋਣ ਵਾਲਾ, ਸਟੰਟ ਦੇ ਕੰਮ ਨਹੀਂ ਆ ਰਹੇ, ਤਾਂ ਬਾਈ ਲੋਕਾਂ 'ਚ ਆ ਕੇ ਜਿਹੜੀ ਬੇਨਤੀ ਕਰ ਰਿਹਾ ਅਤੇ ਅਪੀਲ ਕਰ ਰਿਹਾ ਕਿ ਮੇਰੀ ਮਦਦ ਕੀਤੀ ਜਾਵੇ। ਸਕਰੋਲ ਪੰਜਾਬ ਦੇ ਲਈ ਸੰਗਰੂਰ ਤੋਂ ਰਸ਼ਪਿੰਦਰ ਸਿੰਘ ਦੀ ਰਿਪੋਰਟ, ਧੰਨਵਾਦ।